ਸਰ ਤੁਸੀਂ ਕ੍ਰਿਕਟਰ ਹੋ, ਲਾਸਟ ਓਵਰ ਨੂੰ ਕਿਵੇਂ ਦੇਖਦੇ ਹੋ ਅਰਸ਼ਦੀਪ ਗਿੱਲ? ਇਹਦੇ ਪਿਛਲੇ 4-5 ਓਵਰ ਸਾਰੇ ਐਕਸਲੈਂਟ, ਤਾਂ ਹੀ ਅਸੀਂ ਜਿੱਤੇ ਆ। 30 ਗੇਂਦੋਂ ਪੇ 30 ਰਨ ਥੇ, 30 ਗੇਂਦੋਂ ਪੇ 30 ਰਨ ਥੇ, ਤੋ ਸਭੀ ਕੋ ਸ਼੍ਰੇਯ ਜਾਤਾ, ਪੂਰੀ ਟੀਮ ਕੋ ਜਾਤਾ। ਲੈਂਦਾ ਰਿਹਾ ਮੈਂ, ਐਸੀ ਗੱਲ ਨਹੀਂ ਹੈ, ਉਹ ਟਾਈਮ ਸੀਗਾ। ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ, ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ, ਤੇ ਮੇਰ ਪ੍ਰਯਾਸ ਰੱਖਿਆ ਪਰਮਾਤਮਾ ਨੇ, ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ, ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ। ਥੈਂਕ ਯੂ ਸੋ ਮਚ, ਲਵ ਯੂ ਆਲ, ਲਵ ਯੂ ਆਲ। ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ, ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ, ਤੇ ਮੇਰ ਪ੍ਰਯਾਸ ਰੱਖਿਆ ਪਰਮਾਤਮਾ ਨੇ, ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ, ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ। ਥੈਂਕ ਯੂ ਸੋ ਮਚ, ਲਵ ਯੂ ਆਲ, ਬਹੁਤ ਵਧੀਆ ਲੱਗਿਆ ਜੀ, ਥੈਂਕ ਯੂ ਸੋ ਮਚ। ਕਿੰਨੀ ਲੱਗੀ ਹੈ ਸਾਰਿਆਂ ਦੀ? ਮਿਹਨਤ ਲੱਗੀ ਹੈ, ਬਹੁਤ ਵਧੀਆ ਰਿਜ਼ਲਟ ਆਇਆ ਹੈ, ਪਰਮਾਤਮਾ ਦਾ ਸ਼ੁਕਰ ਹੈ, ਤੇ ਥੈਂਕ ਯੂ ਸੋ ਮਚ, ਲਵ ਯੂ ਆਲ। ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਅਰਸ਼ ਇਸ ਵੇਲੇ ਪਰਿਵਾਰ ਦੇ ਨਾਲ ਪਹੁੰਚੇ ਨੇ, ਉਹਨਾਂ ਦੇ ਜਿਹੜੇ ਮਦਰ ਇਸ ਵੇਲੇ ਨਜ਼ਰ ਆ ਰਹੇ ਨੇ। ਬਹੁਤ ਸਾਥ ਦਿੱਤਾ ਤੇ ਸਾਡੀ ਟੀਮ ਬਹੁਤ ਵਧੀਆ ਕੰਮ ਕਰਕੇ ਆਈ, ਵਰਲਡ ਕੱਪ ਲੈ ਕੇ ਆਈ ਆ, ਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਇਸ ਟਾਈਮ ਦੀ। ਅਨੀ ਸਰ, ਤੁਸੀਂ ਕ੍ਰਿਕਟਰ ਹੋ, ਲਾਸਟ ਓਵਰ ਨੂੰ ਕਿਵੇਂ ਦੇਖਦੇ ਹੋ ਅਰਸ਼ਦੀਪ ਗਿੱਲ? ਮੈਂ ਦੱਸਾਂ ਵੀ ਜਿਹੜੇ ਪਿਛਲੇ 4-5 ਓਵਰ ਸਾਰੇ ਐਕਸਲੈਂਟ, ਤਾਂ ਹੀ ਅਸੀਂ ਜਿੱਤੇ ਆ। 30 ਗੇਂਦੋਂ ਪੇ 30 ਰਨ ਥੇ, ਉਹ ਅਲੱਗ ਅਲੱਗ ਸਭੀ ਬਾਲਰ ਨੇ ਕੀਆ ਹੈ, ਤੋ ਸਭੀ ਕੋ ਸ਼੍ਰੇਯ ਜਾਤਾ, ਪੂਰੀ ਟੀਮ ਕੋ ਜਾਤਾ। ਕਈ ਵਾਰ ਗਰਾਊਂਡ 'ਚ ਤੁਸੀਂ ਅਰਸ਼ ਤੋਂ ਬਾਅਦ ਵਿਕਟਾਂ ਲੈ ਲੈਂਦੇ ਸੀਗੇ? ਹਾਂਜੀ, ਉਹ ਲੈਂਦਾ ਰਿਹਾ ਮੈਂ, ਐਸੀ ਗੱਲ ਨਹੀਂ ਹੈ, ਉਹ ਟਾਈਮ ਸੀਗਾ। ਹਾਂ, ਮੈਂ ਪੂਰੇ ਡਿਸਟ੍ਰਿਕਟ ਮੋਹਾਲੀ ਦਾ, ਖਰੜ ਵਾਸੀਆਂ ਦਾ, ਸਾਰੇ ਪੱਤਰਕਾਰ, ਜਿੰਨਾ ਮੀਡੀਆ ਆਇਆ, ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਬੜਾ ਸਕਸੈਸਫੁਲ ਬਣਾਇਆ, ਔਰ ਜਿਹੜਾ ਅਸੀਂ ਵਰਲਡ ਕੱਪ ਜਿੱਤੇ ਹਾਂ ਉਹਦੀ ਖੁਸ਼ੀ ਜਿਹੜੀ ਹੋਰ ਦੁੱਗਣੀ ਹੋ ਗਈ ਹੈ ਤੁਹਾਡੇ ਸਹਿਯੋਗ ਨਾਲ। ਥੈਂਕ ਯੂ ਵੈਰੀ ਮਚ। ਕ੍ਰਿਕਟਰ ਹੋ, ਲਾਸਟ ਓਵਰ ਨੂੰ ਕਿਵੇਂ ਦੇਖਦੇ ਹੋ ਅਰਸ਼ਦੀਪ ਗਿੱਲ? ਇਹਦੇ ਪਿਛਲੇ 4-5 ਓਵਰ ਸਾਰੇ ਐਕਸਲੈਂਟ, ਤਾਂ ਹੀ ਅਸੀਂ ਜਿੱਤੇ ਆ। 30 ਗੇਂਦੋਂ ਪੇ 30 ਰਨ ਥੇ, 30 ਗੇਂਦੋਂ ਪੇ 30 ਰਨ ਥੇ, ਤੋ ਸਭੀ ਕੋ ਸ਼੍ਰੇਯ ਜਾਤਾ, ਪੂਰੀ ਟੀਮ ਕੋ ਜਾਤਾ। ਗਰਾਊਂਡ 'ਚ ਤੁਸੀਂ ਅਰਸ਼ ਤੋਂ ਬਾਅਦ ਵਿਕਟਾਂ ਲੈ ਲੈਂਦੇ ਸੀਗੇ? ਹਾਂਜੀ, ਉਹ ਲੈਂਦਾ ਰਿਹਾ ਮੈਂ, ਐਸੀ ਗੱਲ ਨਹੀਂ ਹੈ, ਉਹ ਟਾਈਮ ਸੀਗਾ। ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ, ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ, ਤੇ ਮੇਰ ਪ੍ਰਯਾਸ ਰੱਖਿਆ ਪਰਮਾਤਮਾ ਨੇ, ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ, ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ। ਥੈਂਕ ਯੂ ਸੋ ਮਚ, ਲਵ ਯੂ ਆਲ, ਲਵ ਯੂ ਆਲ। ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ, ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ, ਤੇ ਮੇਰ ਪ੍ਰਯਾਸ ਰੱਖਿਆ ਪਰਮਾਤਮਾ ਨੇ, ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ, ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ। ਥੈਂਕ ਯੂ ਸੋ ਮਚ, ਲਵ ਯੂ ਆਲ, ਬਹੁਤ ਵਧੀਆ ਲੱਗਿਆ ਜੀ, ਥੈਂਕ ਯੂ ਸੋ ਮਚ। ਕਿੰਨੀ ਲੱਗੀ ਹੈ ਸਾਰਿਆਂ ਦੀ? ਮਿਹਨਤ ਲੱਗੀ ਹੈ, ਬਹੁਤ ਵਧੀਆ ਰਿਜ਼ਲਟ ਆਇਆ ਹੈ, ਪਰਮਾਤਮਾ ਦਾ ਸ਼ੁਕਰ ਹੈ, ਤੇ ਥੈਂਕ ਯੂ ਸੋ ਮਚ, ਲਵ ਯੂ ਆਲ। ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਅਰਸ਼ ਇਸ ਵੇਲੇ ਪਰਿਵਾਰ ਦੇ ਨਾਲ ਪਹੁੰਚੇ ਨੇ, ਉਹਨਾਂ ਦੇ ਜਿਹੜੇ ਮਦਰ ਇਸ ਵੇਲੇ ਨਜ਼ਰ ਆ ਰਹੇ ਨੇ। ਵੀ ਬਹੁਤ ਸਾਥ ਦਿੱਤਾ ਤੇ ਸਾਡੀ ਟੀਮ ਬਹੁਤ ਵਧੀਆ ਕੰਮ ਕਰਕੇ ਆਈ, ਵਰਲਡ ਕੱਪ ਲੈ ਕੇ ਆਈ ਆ, ਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਇਸ ਟਾਈਮ ਦੀ। ਅਨੀ ਸਰ, ਤੁਸੀਂ ਕ੍ਰਿਕਟਰ ਹੋ, ਲਾਸਟ ਓਵਰ ਨੂੰ ਕਿਵੇਂ ਦੇਖਦੇ ਹੋ ਅਰਸ਼ਦੀਪ ਗਿੱਲ? ਮੈਂ ਦੱਸਾਂ ਵੀ ਜਿਹੜੇ ਪਿਛਲੇ 4-5 ਓਵਰ ਸਾਰੇ ਐਕਸਲੈਂਟ, ਤਾਂ ਹੀ ਅਸੀਂ ਜਿੱਤੇ ਆ। 30 ਗੇਂਦੋਂ ਪੇ 30 ਰਨ ਥੇ, ਉਹ ਅਲੱਗ ਅਲੱਗ ਸਭੀ ਬਾਲਰ ਨੇ ਕੀਆ ਹੈ, ਤੋ ਸਭੀ ਕੋ ਸ਼੍ਰੇਯ ਜਾਤਾ, ਪੂਰੀ ਟੀਮ ਕੋ ਜਾਤਾ। ਕਈ ਵਾਰ ਗਰਾਊਂਡ 'ਚ ਤੁਸੀਂ ਅਰਸ਼ ਤੋਂ ਬਾਅਦ ਵਿਕਟਾਂ ਲੈ ਲੈਂਦੇ ਸੀਗੇ? ਹਾਂਜੀ, ਉਹ ਲੈਂਦਾ ਰਿਹਾ ਮੈਂ, ਐਸੀ ਗੱਲ ਨਹੀਂ ਹੈ, ਉਹ ਟਾਈਮ ਸੀਗਾ। ਹਾਂ,
ਮੈਂ ਪੂਰੇ ਡਿਸਟ੍ਰਿਕਟ ਮੋਹਾਲੀ ਦਾ, ਖਰੜ ਵਾਸੀਆਂ ਦਾ, ਸਾਰੇ ਪੱਤਰਕਾਰ ਜਿੰਨਾ ਮੀਡੀਆ ਆਇਆ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਬੜਾ ਸਕਸੈਸਫੁਲ ਬਣਾਇਆ ਔਰ ਜਿਹੜਾ ਅਸੀਂ ਵਰਲਡ ਕੱਪ ਜਿੱਤੇ ਹਾਂ ਉਹਦੀ ਖੁਸ਼ੀ ਜਿਹੜੀ ਹੋਰ ਦੁੱਗਣੀ ਹੋ ਗਈ ਹੈ ਤੁਹਾਡੇ ਸਹਿਯੋਗ ਨਾਲ। ਥੈਂਕ ਯੂ ਵੈਰੀ ਮਚ। ਬਿਲਕੁਲ, ਅਰਸ਼ਦੀਪ ਦੀ ਫੈਮਿਲੀ ਇਸ ਵੇਲੇ ਹੈ ਤਾਂ ਬਿਲਕੁਲ ਅਰਸ਼ਦੀਪ ਦੇ ਫਾਦਰ ਮੌਜੂਦ ਸੀਗੇ, ਲਗਾਤਾਰ ਗੱਲਬਾਤ ਕੀਤੀ ਹੈ ਤਾਂ ਖੱਟੀਆਂ ਮਿੱਠੀਆਂ ਯਾਦਾਂ। ਉਹ ਜਿਹੜਾ ਸੈਕਿੰਡ ਲਾਸਟ ਓਵਰ ਸੀ ਅਰਸ਼ਦੀਪ ਦਾ, ਉਸਦੇ ਬਾਰੇ ਗੱਲਬਾਤ ਕੀਤੀ ਗਈ ਹੈ ਤਾਂ ਇਸ ਵੇਲੇ ਪਿਤਾ ਮੀਡੀਆ ਦਾ, ਲੋਕਾਂ ਦਾ, ਖਾਸ ਤੌਰ ਤੇ ਧੰਨਵਾਦ ਕਰਦੇ ਹੋਏ ਨਜ਼ਰ ਆਏ ਨੇ ਕਿ ਜਿਹੜੀ ਇਹ ਜਰਨੀ ਕਿਵੇਂ ਰਹੀ ਹੈ ਅਰਸ਼ਦੀਪ ਦੀ, ਤਾਂ ਵਮ ਵੈਲਕਮ ਪੰਜਾਬ ਵੱਲੋਂ ਲੋਕਾਂ ਵੱਲੋਂ ਕੀਤਾ ਗਿਆ, ਜਿਸ ਨੂੰ ਦੇਖ ਕੇ ਅਰਸ਼ ਤੇ ਉਹਨਾਂ ਦਾ ਪਰਿਵਾਰ ਗਦ ਗਦ ਹੈ। ਕੈਮਰਾ ਪਰਸਨ ਰਮੇਸ਼ ਨਾਲ ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬੀ।